ਗੱਡੀ 'ਚ ਫੋਨ ਰੱਖ ਕੇ ਨਾ ਜਾਇਓ ਕਦੇ, ਨਹੀਂ ਤਾਂ ਹੋ ਜਾਵੇਗਾ ਵੱਡਾ ਨੁਕਸਾਨ। ਆਹ ਦੇਖੋ ਕੀ ਕੀਤਾ ਇਸ ਗੱਡੀ ਦਾ ਹਾਲ। ਜੇਕਰ ਤੁਸੀਂ ਵੀ ਆਪਣੀ ਗੱਡੀ ਦੇ ਵਿੱਚ ਮੋਬਾਈਲ ਰੱਖ ਕੇ ਥੋੜ੍ਹਾ ਬਹੁਤ ਆਸੇ ਪਾਸੇ ਚਲੇ ਜਾਂਦੇ ਹੋ ਤਾਂ ਹੁਣ ਸਾਵਧਾਨ ਹੋ ਜਾਓ। ਤਾਂ ਦੇਖ ਲਓ ਚੋਰਾਂ ਨੇ ਇਸ ਗੱਡੀ ਦਾ ਕੀ ਹਾਲ ਕੀਤਾ, ਜਿੱਥੇ ਇਸ ਗੱਡੀ ਦਾ ਸ਼ੀਸ਼ਾ ਤੋੜ ਕੇ ਅੰਦਰ ਪਏ ਮੋਬਾਈਲ ਚੁੱਕ ਕੇ ਇਹ ਫਰਾਰ ਹੋ ਜਾਂਦੇ ਨੇ। ਤਾਂ ਦੱਸ ਦਈਏ ਕਿ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ, ਜਿੱਥੇ ਇੱਕ ਸ਼ਖਸ ਆਪਣੇ ਫੋਨ ਗੱਡੀ ਦੇ ਵਿੱਚ ਰੱਖ ਕੇ ਆਸੇ ਪਾਸੇ ਚਲਾ ਜਾਂਦਾ ਹੈ। ਤਾਂ ਪਿੱਛੋਂ ਚੋਰ ਆਉਂਦੇ ਨੇ ਤਾਂ ਪਹਿਲਾਂ ਤਾਂ ਗੱਡੀ ਦਾ ਸ਼ੀਸ਼ਾ ਤੋੜਦੇ ਨੇ, ਜਿਸ ਤੋਂ ਬਾਅਦ ਅੰਦਰ ਪਏ ਦੋ ਫੋਨ ਚੁੱਕਣ ਦੀ ਕੋਸ਼ਿਸ਼ ਕਰਦੇ ਨੇ, ਜਿਸ ਨਾਲ ਇੱਕ ਚੋਰ ਦੇ ਹੱਥ ਦੇ ਉੱਤੇ ਕੱਚ ਵੱਜ ਜਾਂਦਾ ਹੈ, ਜਿਸ ਦੇ ਨਾਲ ਉਸਦੇ ਖੂਨ ਨਿਕਲ ਆਉਂਦਾ ਹੈ ਅਤੇ ਗੱਡੀ 'ਤੇ ਵੀ ਖੂਨ ਦੇ ਛਿੱਟੇ ਆ ਜਾਂਦੇ ਨੇ ਅਤੇ ਫਿਰ ਇਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਜਦੋਂ ਕਾਰ ਮਾਲਕ ਮੌਕੇ 'ਤੇ ਆ ਕੇ ਵੇਖਦਾ ਹੈ ਤਾਂ ਹੈਰਾਨ ਰਹਿ ਜਾਂਦਾ ਹੈ, ਅਤੇ ਨਾਲ ਹੀ ਉਸਨੇ ਦੱਸਿਆ ਕਿ ਉਸਦੇ ਦੋ ਮੋਬਾਈਲ ਫੋਨ ਚੋਰੀ ਹੋਏ ਨੇ ਅਤੇ ਨਾਲ ਹੀ ਏਟੀਐਮ ਅਤੇ ਕ੍ਰੈਡਿਟ ਕਾਰਡ ਵੀ ਇਹ ਚੋਰ ਆਪਣੇ ਨਾਲ ਲੈ ਗਏ ਨੇ। ਤਾਂ ਇਹ ਮੌਕੇ ਦੀਆਂ ਤਸਵੀਰਾਂ ਨੇ ਜਿੱਥੇ ਇਹਨਾਂ ਚੋਰਾਂ ਦੇ ਵੱਲੋਂ ਵੱਡਾ ਕਾਰਾ ਕੀਤਾ ਗਿਆ, ਜਿੱਥੇ ਇੱਕ ਖੜੀ ਗੱਡੀ ਦੇ ਸ਼ੀਸ਼ੇ ਇਹਨਾਂ ਦੇ ਵੱਲੋਂ ਭੰਨੇ ਗਏ ਅਤੇ ਫਿਰ ਅੰਦਰ ਪਏ ਦੋ ਮੋਬਾਈਲ ਫੋਨ ਚੱਕ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਹਾਲਾਂਕਿ ਇੱਕ ਚੋਰ ਇਸ ਦੇ ਵਿੱਚ ਜ਼ਖਮੀ ਵੀ ਹੋਇਆ, ਜਿਸ ਦੇ ਹੱਥ ਦੇ ਉੱਤੇ ਕੱਚ ਵੱਜ ਜਾਂਦਾ ਹੈ ਤਾਂ ਗੱਡੀ ਦੇ ਉੱਤੇ ਉਸਦਾ ਖੂਨ ਵੀ ਡੁੱਲ ਜਾਂਦਾ। ਤਾਂ ਹੁਣ ਮਾਮਲਾ ਪੁਲਿਸ ਦੇ ਕੋਲ ਪਹੁੰਚ ਗਿਆ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਘਟਨਾ ਕੁਛ ਨਹੀਂ, ਮੈਂ ਆਇਆ ਹਾਂ ਸਕੂਲ, ਮੁੰਡਾ ਕੰਮ ਕਰਦਾ ਮੇਰੇ ਕੋਲ ਅਤੇ ਮੈਂ ਉਹਨਾਂ ਦੇ ਸਕੂਲ ਆਇਆ ਅਤੇ ਮੇਰੇ ਆਉਂਦਿਆਂ ਨੂੰ ਇੱਥੋਂ ਇੱਟ ਮਾਰ ਕੇ ਸ਼ੀਸ਼ਾ ਤੋੜ ਕੇ ਅਤੇ ਦੋ ਮੋਬਾਈਲ ਕੱਢ ਕੇ ਲੈ ਗਏ ਨੇ। ਉਹਦੇ ਵਿੱਚ ਮੋਬਾਈਲ ਦੇ ਕਵਰ ਦੇ ਵਿੱਚ ਇੱਕ ਏਟੀਐਮ ਕਾਰਡ ਅਤੇ ਇੱਕ ਕ੍ਰੈਡਿਟ ਕਾਰਡ ਸੀ। ਕਿੰਨੇ ਦਿਨ ਹੋ ਗਏ ਤੁਹਾਨੂੰ ਅੰਦਰ ਗਏ? ਵੱਧ ਤੋਂ ਵੱਧ 10 ਮਿੰਟ। ਆਣ ਕੇ ਵੇਖਿਆ ਸ਼ੀਸ਼ਾ ਟੁੱਟਾ ਮੇਰਾ, ਅਤੇ ਫਿਰ ਦੂਸਰੀ ਗੱਲ ਆ ਬਲੈਟ ਨਾਲ ਗੱਡੀ ਭਰੀ ਹੈ ਖੂਨ ਨਾਲ, ਅਤੇ ਆਣ ਕੇ ਫਿਰ ਫੋਨ ਕੀਤਾ। ਇਹ ਅੰਦਰਲਾ ਹਸਮੀ ਦਾ ਪੁੱਲ। ਹਾਂਜੀ, ਨਹੀਂ ਅਜੇ ਕੀਤੀ ਨਹੀਂ ਆ, ਅਜੇ ਕਰਨਾ ਹੀ ਆ। ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਹਾਂ ਕਿ ਜਿਹੜਾ ਇਹਦੇ ਨਾਲ ਘਟਨਾ ਹੁੰਦੀ ਆ, ਅੱਜ ਮੇਰੇ ਨਾਲ ਹੋਈ ਆ, ਕੱਲ੍ਹ ਹੋਰ ਕਿਸੇ ਨਾਲ ਨਾ ਹੋਵੇ। ਕਿ ਇੱਥੇ ਚਾਹੀਦਾ ਕਿ ਹਾਂ ਵੀ ਉੱਥੇ ਟ੍ਰੈਫਿਕ ਵਾਲੇ ਖਲੋਤੇ ਨੇ ਅਤੇ ਪਿੱਛੋਂ ਤੱਕ ਵੀ ਝਾਕੀ ਮਾਰਨ। ਕਿਹਾ ਸੀ ਟ੍ਰੈਫਿਕ ਵਾਲਿਆਂ ਨੇ, ਕਿਹਾ ਕਿ ਮੇਰਾ ਕੰਮ ਆ ਰੋਡ ਸਾਫ਼ ਕਰਨ ਵਾਲਾ, ਟ੍ਰੈਫਿਕ ਜਾਮ ਕਰਨ ਵਾਸਤੇ। ਮੇਰਾ 20-25 ਹਜ਼ਾਰ ਦਾ ਨੁਕਸਾਨ ਆ। ਇੱਟ ਨਾ, ਉਹਦੇ ਬਲੈਡ ਜਦੋਂ ਸ਼ੀਸ਼ਾ ਕੱਢਣ ਲੱਗਾ, ਫੋਨ ਕੱਢਣ ਲੱਗਾ ਕਿਤੇ ਉਦੋਂ ਕੱਚ ਵੱਜ ਗਿਆ ਕਿਤੇ ਉਹਦੇ। ਗੱਡੀ 'ਚ ਫੋਨ ਰੱਖ ਕੇ ਨਾ ਜਾਇਓ ਕਦੇ, ਨਹੀਂ ਤਾਂ ਹੋ ਜਾਵੇਗਾ ਵੱਡਾ ਨੁਕਸਾਨ। ਆਹ ਦੇਖੋ ਕੀ ਕੀਤਾ ਇਸ ਗੱਡੀ ਦਾ ਹਾਲ। ਜੇਕਰ ਤੁਸੀਂ ਵੀ ਆਪਣੀ ਗੱਡੀ ਦੇ ਵਿੱਚ ਮੋਬਾਈਲ ਰੱਖ ਕੇ ਥੋੜ੍ਹਾ ਬਹੁਤ ਆਸੇ ਪਾਸੇ ਚਲੇ ਜਾਂਦੇ ਹੋ ਤਾਂ ਹੁਣ ਸਾਵਧਾਨ ਹੋ ਜਾਓ। ਤਾਂ ਦੇਖ ਲਓ ਚੋਰਾਂ ਨੇ ਇਸ ਗੱਡੀ ਦਾ ਕੀ ਹਾਲ ਕੀਤਾ, ਜਿੱਥੇ ਇਸ ਗੱਡੀ ਦਾ ਸ਼ੀਸ਼ਾ ਤੋੜ ਕੇ ਅੰਦਰ ਪਏ ਮੋਬਾਈਲ ਚੁੱਕ ਕੇ ਇਹ ਫਰਾਰ ਹੋ ਜਾਂਦੇ ਨੇ। ਤਾਂ ਦੱਸ ਦਈਏ ਕਿ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ, ਜਿੱਥੇ ਇੱਕ ਸ਼ਖਸ ਆਪਣੇ ਫੋਨ ਗੱਡੀ ਦੇ ਵਿੱਚ ਰੱਖ ਕੇ ਆਸੇ ਪਾਸੇ ਚਲਾ ਜਾਂਦਾ ਹੈ। ਤਾਂ ਪਿੱਛੋਂ ਚੋਰ ਆਉਂਦੇ ਨੇ ਤਾਂ ਪਹਿਲਾਂ ਤਾਂ ਗੱਡੀ ਦਾ ਸ਼ੀਸ਼ਾ ਤੋੜਦੇ ਨੇ, ਜਿਸ ਤੋਂ ਬਾਅਦ ਅੰਦਰ ਪਏ ਦੋ ਫੋਨ ਚੁੱਕਣ ਦੀ ਕੋਸ਼ਿਸ਼ ਕਰਦੇ ਨੇ, ਜਿਸ ਨਾਲ ਇੱਕ ਚੋਰ ਦੇ ਹੱਥ ਦੇ ਉੱਤੇ ਕੱਚ ਵੱਜ ਜਾਂਦਾ ਹੈ, ਜਿਸ ਦੇ ਨਾਲ ਉਸਦੇ ਖੂਨ ਨਿਕਲ ਆਉਂਦਾ ਹੈ ਅਤੇ ਗੱਡੀ 'ਤੇ ਵੀ ਖੂਨ ਦੇ ਛਿੱਟੇ ਆ ਜਾਂਦੇ ਨੇ ਅਤੇ ਫਿਰ ਇਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਜਦੋਂ ਕਾਰ ਮਾਲਕ ਮੌਕੇ 'ਤੇ ਆ ਕੇ ਵੇਖਦਾ ਹੈ ਤਾਂ ਹੈਰਾਨ ਰਹਿ ਜਾਂਦਾ ਹੈ, ਅਤੇ ਨਾਲ ਹੀ ਉਸਨੇ ਦੱਸਿਆ ਕਿ ਉਸਦੇ ਦੋ ਮੋਬਾਈਲ ਫੋਨ ਚੋਰੀ ਹੋਏ ਨੇ ਅਤੇ ਨਾਲ ਹੀ ਏਟੀਐਮ ਅਤੇ ਕ੍ਰੈਡਿਟ ਕਾਰਡ ਵੀ ਇਹ ਚੋਰ ਆਪਣੇ ਨਾਲ ਲੈ ਗਏ ਨੇ। ਤਾਂ ਇਹ ਮੌਕੇ ਦੀਆਂ ਤਸਵੀਰਾਂ ਨੇ ਜਿੱਥੇ ਇਹਨਾਂ ਚੋਰਾਂ ਦੇ ਵੱਲੋਂ ਵੱਡਾ ਕਾਰਾ ਕੀਤਾ ਗਿਆ, ਜਿੱਥੇ
ਇੱਕ ਖੜੀ ਗੱਡੀ ਦੇ ਸ਼ੀਸ਼ੇ ਇਹਨਾਂ ਦੇ ਵੱਲੋਂ ਭੰਨੇ ਗਏ ਤੇ ਫਿਰ ਅੰਦਰ ਪਏ ਦੋ ਮੋਬਾਈਲ ਫੋਨ ਚੱਕ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਹਾਲਾਂਕਿ ਇੱਕ ਚੋਰ ਇਸ ਦੇ ਵਿੱਚ ਜ਼ਖਮੀ ਵੀ ਹੋਇਆ, ਜਿਸ ਦੇ ਹੱਥ ਦੇ ਉੱਤੇ ਕੱਚ ਵੱਜ ਜਾਂਦਾ ਤਾਂ ਗੱਡੀ ਦੇ ਉੱਤੇ ਉਸਦਾ ਖੂਨ ਵੀ ਡੁੱਲ ਜਾਂਦਾ। ਤਾਂ ਹੁਣ ਮਾਮਲਾ ਪੁਲਿਸ ਦੇ ਕੋਲ ਪਹੁੰਚ ਗਿਆ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਘਟਨਾ ਕੁਛ ਨਹੀਂ, ਮੈਂ ਆਇਆ ਸਕੂਲ, ਮੁੰਡਾ ਕੰਮ ਕਰਦਾ ਮੇਰੇ ਕੋਲ ਅਤੇ ਮੈਂ ਉਹਨਾਂ ਦੇ ਸਕੂਲ ਆਇਆ ਅਤੇ ਮੇਰੇ ਆਉਂਦਿਆਂ ਨੂੰ ਇੱਥੋਂ ਇੱਟ ਮਾਰ ਕੇ ਸ਼ੀਸ਼ਾ ਤੋੜ ਕੇ ਅਤੇ ਦੋ ਮੋਬਾਈਲ ਕੱਢ ਕੇ ਲੈ ਗਏ ਨੇ। ਉਹਦੇ ਵਿੱਚ ਮੋਬਾਈਲ ਦੇ ਕਵਰ ਦੇ ਵਿੱਚ ਇੱਕ ਏ ਟੀ ਐੱਮ ਕਾਰਡ ਅਤੇ ਇੱਕ ਕ੍ਰੈਡਿਟ ਕਾਰਡ ਸੀ। ਕਿੰਨੇ ਦਿਨ ਹੋ ਗਏ ਤੁਹਾਨੂੰ ਅੰਦਰ ਗਏ? ਵੱਧ ਤੋਂ ਵੱਧ 10 ਮਿੰਟ। ਆਗੇ ਕੀ ਦੇਖਿਆ? ਆਣ ਕੇ ਵੇਖਿਆ ਸ਼ੀਸ਼ਾ ਟੁੱਟਾ ਮੇਰਾ, ਅਤੇ ਫਿਰ ਦੂਸਰੀ ਗੱਲ ਬਲੈਡ ਨਾਲ ਗੱਡੀ ਭਰੀ ਹੈ ਖੂਨ ਨਾਲ, ਅਤੇ ਆਣ ਕੇ ਫਿਰ ਫੋਨ ਕੀਤਾ। ਇਹ ਅੰਦਰਲਾ ਹਸਣੀ ਦਾ ਪੁੱਲ। ਹਾਂਜੀ, ਨਹੀਂ ਅਜੇ ਕੀਤੀ ਨਹੀਂ ਆ, ਅਜੇ ਕਰਨਾ ਹੀ ਆ। ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਹਾਂ ਕਿ ਜਿਹੜਾ ਇਹਦੇ ਨਾਲ ਘਟਨਾ ਹੁੰਦੀ ਆ, ਅੱਜ ਮੇਰੇ ਨਾਲ ਹੋਈ ਆ, ਕੱਲ੍ਹ ਹੋਰ ਕਿਸੇ ਨਾਲ ਨਾ ਹੋਵੇ। ਅਤੇ ਇੱਥੇ ਚਾਹੀਦਾ ਕਿ ਹਾਂ ਵੀ ਉੱਥੇ ਟਰੈਫਿਕ ਵਾਲੇ ਖਲੋਤੇ ਨੇ ਅਤੇ ਪਿੱਛੋਂ ਤੱਕ ਵੀ ਝਾਕੀ ਮਾਰਨ। ਕਿਹਾ ਸੀ ਟਰੈਫਿਕ ਵਾਲਿਆਂ ਨੇ, ਕਿਹਾ ਕਿ ਮੇਰਾ ਕੰਮ ਆ ਰੋਡ ਸਾਫ ਕਰਨ ਵਾਲਾ, ਟਰੈਫਿਕ ਜਾਮ ਕਰਨ ਵਾਸਤੇ। ਮੇਰਾ 20-25 ਹਜ਼ਾਰ ਦਾ ਨੁਕਸਾਨ ਆ। ਇੱਟ ਨਾ, ਉਹਦੇ ਬਲੈਡ ਜਦੋਂ ਸ਼ੀਸ਼ਾ ਕੱਢਣ ਲੱਗਾ, ਫੋਨ ਕੱਢਣ ਲੱਗਾ ਕਿਤੇ, ਉਦੋਂ ਕੱਚ ਵੱਜ ਗਿਆ ਕਿਤੇ ਉਹਦੇ।